हाँ बस झूठे दावे ने आ सरकारा ने की करना, उंज देश आजाद होया पर ओखा लाउणा ए धरना। हो उंज देश आजाद होया पर ओखा लाउणा ए धरना। हो बिजनेसमैन ता मरदा नी, बिजनेसमैन ता मरदा नी, हो बिजनेसमैन ता मरदा नी, पैंदा किसाना नू ही सहना। हथियार जे चक ले फिर तुसी बागी जट नू कहना, हथियार जे चक ले फिर तुसी बागी जट नू ਹਾਲੇ ਵੀ ਪੂਰਾ ਡਿਸਿਪਲਿਨ ਦੇ ਵਿੱਚ ਪੂਰਾ ਜਿਹੜਾ ਕਬੱਡੀ ਕੱਪ ਹੋਇਆ।
ਮਾਹੌਲ ਬਣਿਆ ਉਸਦੇ ਦੇ ਨਾਲ ਨਾਲ ਜਿਹੜਾ ਸੰਘਰਸ਼ ਦੇ ਵਿੱਚ ਵੀ ਪੂਰਾ ਇਹ ਨੌਜਵਾਨਾਂ ਵੱਲੋਂ ਜਿਹੜੇ ਖੁੱਲ੍ਹੇ ਸੱਦੇ ਦਿੱਤੇ ਜਾ ਰਹੇ ਆ ਵੀ 26 ਤਰੀਕ ਨੂੰ ਤੁਸੀਂ ਸਾਰੇ ਪੁੱਜੋ ਜੋ ਕਿ ਕਿਸਾਨੀ ਸੰਘਰਸ਼ ਦਾ ਵੱਡਾ ਇਤਿਹਾਸ ਰਚਿਆ ਜਾ ਰਿਹਾ ਹੈ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਆਪਣਾ ਜ਼ੋਰਾਂ ਦੇ ਉੱਤੇ ਉੱਥੇ ਸਾਰੇ ਨੌਜਵਾਨ ਸਾਥ ਦੇ ਰਹੇ ਆ ਕਿਸਾਨੀ ਸੰਘਰਸ਼ ਦੇ। ਹਾਂਜੀ ਹਾਂ, ਨੌਜਵਾਨ ਪੂਰਾ ਸਾਥ ਦੇ ਰਿਹਾ ਜੀ, ਨੌਜਵਾਨ ਵੀ ਦੇ ਰਹੇ ਨੇ, ਬਜ਼ੁਰਗ ਵੀ ਦੇ ਰਹੇ ਨੇ, ਕੋਈ ਐਸਾ ਬੰਦਾ ਨਹੀਂ ਕਿ ਜਿਹੜਾ ਕਿਸਾਨੀ ਦੌਰ ਦੇ ਵਿੱਚ ਤੂੰ ਪਿੱਛੇ ਹਟਿਆ ਜੀ। ਲੋਕ ਬਹੁਤ ਵੱਧ ਚੜ੍ਹ ਕੇ ਆਪਣੇ ਤੋਂ ਮਤਲਬ ਜਿੰਨਾ ਹੋ ਸਕਦਾ ਆਪਣੀਆਂ ਭੈਣਾਂ ਮਾਤਾ ਬੱਚੇ ਛੋਟੇ ਛੋਟੇ ਬਜ਼ੁਰਗ ਸਭ ਪਹੁੰਚੇ ਨੇ ਯਾਨੀ ਠੰਡ ਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ ਇਹ ਟੂਰਨਾਮੈਂਟ ਵੱਡੇ ਲੈਵਲ 'ਤੇ ਹੋਏਗਾ? ਜ਼ਰੂਰ ਹੋਏਗਾ ਜੀ, ਪਿੰਡ ਵਾਸੀਆਂ ਦਾ ਬੜਾ ਤਕੜਾ ਸਹਿਯੋਗ ਆ ਸਾਨੂੰ, ਪਿੰਡ ਵਾਸੀਆਂ ਨੇ ਬੜੀ ਮਤਲਬ ਕਿ ਸਾਡੇ ਨਾਲ ਹੈਲਪ ਕੀਤੀ ਹੈ, ਪੂਰਾ ਪਿੰਡ ਸਾਡੇ ਨਾਲ ਹੈ। ਅਸੀਂ ਆਸ ਕਰਦੇ ਹਾਂ ਕਿ ਦੁਬਾਰਾ ਟੂਰਨਾਮੈਂਟ ਜਦੋਂ ਕਰਾਵਾਂਗੇ ਅਸੀਂ ਵੱਡਾ ਟੂਰਨਾਮੈਂਟ ਕਰਾਵਾਂਗੇ, ਇਸ ਤੋਂ ਵਧੀਆ ਕਿ ਪਿੰਡ ਦਾ ਨਾਮ ਰੋਸ਼ਨ ਹੋਵੇ। ਸੋ ਇਹ ਸਨ ਤੇਪਲਾ ਪਿੰਡ ਦੇ ਨਿਵਾਸੀ ਜਿਨ੍ਹਾਂ ਨੇ ਜਿਹੜੀ ਨਾਲ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਪੂਰਾ ਜਿਹੜਾ ਇਹਨਾਂ ਦਾ ਮੇਨ ਯੋਗਦਾਨ ਜਿਹੜਾ ਗੁਰਵਿੰਦਰ ਸਿੰਘ ਵੜੈਚ ਸਾਹਿਬ ਨੇ ਇਹ ਜਿਹੜੇ ਆਰਮੀ ਤੋਂ ਰਿਟਾਇਰ ਹੋ ਕੇ ਆਏ ਆ ਅਤੇ ਅੱਜ ਵੀ ਜਿਹੜਾ ਯੰਗ ਬਲੱਡ ਹੈ ਅਤੇ ਖੂਨ ਹੈ, ਤੁਸੀਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਨੀਚੇ ਤੱਕ ਦੇਖ ਲਓ ਵੀ ਪੂਰੀ ਕਿੱਟ ਪਾਈ ਹੈ ਹੁਣ ਵੀ ਕਬੱਡੀ ਦੀ ਅਤੇ ਫਾਈਨਲ ਮੈਚ 42 ਸਾਲ ਦੀ ਉਮਰ ਹੈ ਅਤੇ ਅੱਜ ਵੀ ਪੂਰੇ ਫਿੱਟ ਹੈ। ਵੇਟ ਕਿੰਨਾ ਤੁਹਾਡਾ? ਵੇਟ ਮੇਰਾ 42। ਦੇਖ ਲਓ ਹਾਲੇ ਵੀ ਪੂਰਾ ਡਿਸਿਪਲਿਨ ਦੇ ਵਿੱਚ ਪੂਰਾ ਜਿਹੜਾ ਕਬੱਡੀ ਕੱਪ ਹੋਇਆ। 22 ਸਾਲ ਨੌਕਰੀ ਕਰਕੇ ਆਇਆ ਜੀ। 22 ਸਾਲ ਨੌਕਰੀ ਕਰਕੇ ਕਿਆ 22 ਸਾਲ ਦੀ ਨੌਕਰੀ ਹੈ ਔਰ ਪੂਰਾ ਡਿਸਿਪਲਿਨ ਦੇ ਨਾਲ ਅੱਜ ਵੀ ਸੋਸ਼ਲ ਵਰਕ ਦੇ ਲਈ ਅੱਗੇ ਆ ਰਹੇ ਹੈ। ਸੋ ਸਾਨੂੰ ਮਾਣ ਹੈ ਇਹੋ ਜਿਹੀ ਸੋਹਣੀਆਂ ਰੁੱਖਾਂ ਦੇ ਉੱਤੇ। ਹਾਉ ਬਸ ਝੂਠੇ ਦਾਵੇ ਨੇ ਆ ਸਰਕਾਰਾਂ ਨੇ ਕੀ ਕਰਨਾ, ਉਂਝ ਦੇਸ਼ ਆਜ਼ਾਦ ਹੋਇਆ ਪਰ ਔਖਾ ਲਾਉਣਾ ਏ ਧਰਨਾ। ਉਂਝ ਦੇਸ਼ ਆਜ਼ਾਦ ਹੋਇਆ ਪਰ ਔਖਾ ਲਾਉਣਾ ਏ ਧਰਨਾ। ਹੋ ਬਿਜ਼ਨਸਮੈਨ ਤਾਂ ਮਰਦਾ ਨਹੀਂ, ਬਿਜ਼ਨਸਮੈਨ ਤਾਂ ਮਰਦਾ ਨਹੀਂ, ਉਹ ਬਿਜ਼ਨਸਮੈਨ ਤਾਂ ਮਰਦਾ ਨਹੀਂ, ਪੈਂਦਾ ਕਿਸਾਨਾਂ ਨੂੰ ਹੀ ਸਹਿਣਾ। ਹਥਿਆਰ ਜੇ ਚੱਕ ਲਏ ਫਿਰ ਤੁਸੀਂ ਬਾਗੀ ਜੱਟ ਨੂੰ ਕਹਿਣਾ, ਉਹ ਹਥਿਆਰ ਜੇ ਚੱਕ ਲਏ ਫਿਰ ਤੁਸੀਂ ਬਾਗੀ ਜੱਟ ਨੂੰ ਕਹਿਣਾ। ਉਹ ਕਿੱਥੇ ਸਰਕਾਰਾਂ ਗੋਲਦੀਆਂ ਨੇ ਕਿਸਾਨਾਂ ਦੇ ਹਾੜੇ ਨੂੰ, ਉਹ ਬਸ ਚਾਰੇ ਪਾਸੇ ਤੋਂ ਪੀਸੀ ਜਾਂਦੇ ਮਾੜੇ ਨੂੰ, ਬਸ ਚਾਰੇ ਪਾਸੇ ਤੋਂ ਪੀਸੀ ਜਾਂਦੇ ਮਾੜੇ ਨੂੰ। ਉਹ ਕਿੱਸਾ ਚੰਗੇ ਦਿਨ ਵਾਲਾ, ਉਹ ਕਿੱਸਾ ਚੰਗੇ ਦਿਨ ਵਾਲਾ, ਇੱਕ ਦਿਨ ਜੜਾਂ 'ਚ ਸਾਡੇ ਬਹਿਣਾ। ਹਥਿਆਰ ਜੇ ਚੱਕ ਲਏ ਫਿਰ ਤੁਸੀਂ ਬਾਗੀ ਜੱਟ ਨੂੰ ਕਹਿਣਾ, ਹਥਿਆਰ ਜੇ ਚੱਕ ਲਏ ਫਿਰ ਤੁਸੀਂ ਬਾਗੀ ਜੱਟ ਨੂੰ ਕਹਿਣਾ। ਉਹ ਕਿੱਥੇ ਤਰੱਕੀ ਭਾਲਦੇ ਹੋ ਤੇ ਦੇਸ਼ ਹੱਥ ਦੇ ਕੇ ਚੋਰਾਂ ਦੇ, ਘਰ ਬਹਿ ਕੇ ਮਿਲਦੇ ਨਾ ਮਿਲਦੇ ਹੱਕ ਡੰਡੇ ਦੇ ਜੋਰਾਂ ਤੇ। ਹੋ ਕਿੱਥੇ ਤਰੱਕੀ ਪਾਲਦੇ ਹੋ ਦੇਸ਼ ਹੱਥ ਦੇ ਕੇ ਚੋਰਾਂ ਦੇ, ਘਰ ਬਹਿ ਕੇ ਮਿਲਦੇ ਨਾ ਮਿਲਦੇ ਹੱਕ ਡੰਡੇ ਦੇ ਜੋਰਾਂ ਤੇ। ਜੇ ਪਾਣੀ ਸਰ ਤੋਂ ਟੱਪ ਗਿਆ ਰੁਤਬਾ ਤੁਹਾਡਾ ਵੀ ਨਹੀਂ ਰਹਿਣਾ, ਹਥਿਆਰ ਜੇ ਚੱਕ ਲਏ ਫਿਰ ਤੁਸੀਂ ਬਾਗੀ ਜੱਟ ਨੂੰ ਕਹਿਣਾ, ਹਥਿਆਰ ਜੇ ਚੱਕ ਲਏ ਫਿਰ ਤੁਸੀਂ ਬਾਗੀ ਜੱਟ ਨੂੰ ਸੋ ਸਾਡੇ ਵੀਰ ਨੇ ਗੀਤ ਸੁਣਾਇਆ, ਬਹੁਤ ਹੀ ਪਿਆਰਾ ਗੀਤ ਹੈ ਔਰ ਕਿਸਾਨੀ ਸੰਘਰਸ਼ ਦੇ ਵਿੱਚ ਇਸੇ ਤਰ੍ਹਾਂ ਸਾਡੇ ਵੀਰ ਜੁੜੇ ਹੈ ਔਰ ਦਿਲ ਜਾਨ ਜਿਹੜੀ ਇੱਕ ਕੀਤੀ ਹੋਈ ਹੈ ਇਹਨਾਂ ਸਾਰੇ ਹਰਿਆਣੇ ਦੇ ਵੀਰਾਂ ਨੇ। ਹਰਿਆਣਾ ਅਤੇ ਪੰਜਾਬ ਹੁਣ ਕੋਈ ਵਖਰੇਵਾਂ ਨਹੀਂ ਰਹਿ ਗਿਆ, ਸਾਰੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਕਿਤੇ SYL ਦੇ ਜਿਹੜੇ ਮੁੱਦੇ 'ਤੇ ਕਦੇ ਬੋਲਿਆ ਜਾਂਦਾ ਸੀ ਕਿ ਹਰਿਆਣਾ ਤਾਂ ਪੰਜਾਬ ਅਲੱਗ ਅਲੱਗ ਹੈ, ਪਰ ਅੱਜ ਜਿਹੜਾ ਹਰਿਆਣੇ ਦੇ ਪੰਜਾਬ ਨੇ ਜਿਹੜਾ ਏਕਾ ਕਰ ਲਿਆ ਹੈ ਪੂਰਾ। ਸੋ ਪੂਰੇ ਏਕੇ ਦੇ ਵਿੱਚ ਪਰਮਾਤਮਾ ਆਪ ਵਸ ਰਿਹਾ ਹੈ। ਤੋ ਦੁਨੀਆ ਦੀਆਂ ਬੰਬ ਖਬਰਾਂ ਵਾਸਤੇ ਓਨਲੀ 24 ਬੰਬ TV, ਮੈਂ ਸਿਮਰਨਜੀਤ ਸਿੰਘ ਚੀਮਾ, ਧੰਨਵਾਦ।